आप बैठ जाओ। अस्सलाम वालेकुम जी, वेलकम हो गया पिजन कॉर्नर चैनल दे विच दोस्तों, खुशामदीद हो गया। लो जी भाजी, टैडी कबूतरों का सैटअप, यो सैटअप ते पहुंचे वा जिहदे कोलों मैं 3-4 वारी अगे टैडी कबूतर ले सके, वह भाई अगे मैनू डायरैक्ट घर भेज दिंदे सके, हुण मैं आप उन्हां दी छत ते आया वा कबूतर लैण। यो टैडी आ जिहड़े माशाला चेतर साख दे विच बच्चे रात 10-10 बजे तक नेरियां दे बैठे, ये मैं सैटअप 40 बच्चों का हर दफ़ा लैके जाना सी, अज फिर 40 बच्चे मौजूद आ। ਤੁਹਾਡਾ ਵੀਰ ਲੈਣ ਆਇਆ ਵਾ, ਇਨਸ਼ਾਅੱਲਾ ਲੈ ਕੇ ਕੁਛ ਤੁਹਾਨੂੰ ਮੈਂ ਸ਼ੌਕ ਕਰਾਉਂਦਾ ਵਾਂ, ਅਤੇ ਫਿਰ ਦੇਖਿਓ ਕੈਸੇ ਬੱਚੇ ਇਨਸ਼ਾਅੱਲਾ। ਪਿਓਰ ਟੈਡੀ ਤੋਂ ਮਾਸ਼ਾਅੱਲਾ ਚੰਗੇ ਵਜੂਦਾਂ ਦੇ, ਪਾਰਕ ਹੁੰਦਿਆਂ ਦੇ, ਲੰਮੀਆਂ ਹੱਡੀਆਂ ਦੇ, ਉਹ ਟੈਡੀ ਨਹੀਂ ਜਿਹੜੇ ਉਹ ਫੈਂਸੀ ਜਿਹੇ ਹੁੰਦੇ ਆ। ਉਹ ਦੇਖ ਲਓ ਜਿਹਨਾਂ ਨੇ ਅਗਲਿਆਂ ਨੇ ਚੀਜ਼ਾਂ ਰੱਖੀਆਂ ਤਾਂ ਇੱਦਾਂ ਤਾਲੇ ਲਾਏ ਹੁੰਦੇ ਜਾਂਦੇ ਆ, ਦੇਖੋ ਸੰਗਲੀਆਂ ਵਾਲੇ। ਅਸੀਂ ਬੱਕਰਿਆਂ ਨੂੰ ਪਾਉਂਦੇ ਹਾਂ ਤਾਂ ਇਹਨਾਂ ਨੂੰ ਪਾਏ ਆ, ਅਤੇ ਮੈਂ ਤੁਹਾਨੂੰ ਸ਼ੌਕ ਕਰਾਉਂਦਾ ਕੁਛ ਕਬੂਤਰਾਂ ਦਾ ਇਨਸ਼ਾਅੱਲਾ। ਲਓ ਜੀ ਭਾਈ ਜਾਨ, ਹੁਣ ਤੁਹਾਨੂੰ ਕੁਛ ਇੱਕ ਦੋ ਮਾਂ ਪਿਓ ਦਾ ਵੀ ਸ਼ੌਕ ਕਰਾਵਾਂਗੇ ਜਿਹਨਾਂ ਦੇ ਬੱਚੇ ਆ ਇਹ, ਅਤੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਕਿ ਵਾਕਈ ਯਾਰ ਕੋਈ ਚੀਜ਼ਾਂ ਵਾ। ਐ ਕਰਾਓ ਜੀ ਸ਼ੌਕ ਜ਼ਰਾ। ਇਹ ਫੈਂਸੀ ਟੈਡੀ ਨਹੀਂ ਗਏ ਜੀ ਮਾਸ਼ਾਅੱਲਾ, ਇਹ ਉਡਣ ਵਾਲੇ ਟੈਡੀ, ਬੜੇ ਲੰਮੇ ਵਜੂਦਾਂ ਦੇ ਮਾਸ਼ਾਅੱਲਾ ਕਬੂਤਰ, ਬੱਚੇ ਇਹਨਾਂ ਦੇ ਹੁੰਦੇ ਆ, ਪਾਰਕ ਹੁੰਦੇ ਬੜੇ ਸ਼ਾਨਦਾਰ ਹੁੰਦੇ ਆ। ਦਿਖਾਓ ਭਾਅ ਜੀ ਜ਼ਰਾ ਪਾਰਕ, ਅੱਖ ਉੱਖ ਦਿਖਾਓ ਇਹਨਾਂ ਦੀ ਮਾਸ਼ਾਅੱਲਾ। ਇਹ ਆਏ ਵੀ ਜਨਾਬ ਜਿਹੜੇ ਇਹਨਾਂ ਕੋਲ ਆ ਕਬੂਤਰ, ਬਸ ਮੈਂ ਅੱਗੇ ਸਾਰੇ ਦੱਸਿਆ ਭਾਈ ਉਹਨਾਂ ਨੇ ਭੱਟੀ ਸਾਹਿਬ ਦੇ ਘਰੋਂ ਪਿਓਰ ਆਏ ਆ, ਆਪ ਲਿਆਂਦੇ ਆ, ਤੋਹਫ਼ਾ ਇਹਨਾਂ ਨੂੰ ਕਿਸੇ ਨੇ ਦਿੱਤਾ ਸੀ ਦੋਸਤ ਨੇ ਨਾਲ ਜਾ ਕੇ। ਠੀਕ ਅੱਖ ਦਿਖਾਈਓ ਜ਼ਰਾ, ਇਹ ਹੁਣ ਅੱਖ ਦੇਖ ਲਈਓ, ਬਾਕੀ ਜਿਹਨਾਂ ਦਾ ਨਾਮ ਲਈਦਾ ਅਸੀਂ ਵੀ ਕਹੀਦਾ ਵਾ, ਇਹ ਉਹਨਾਂ ਦੇ ਘਰ ਦੇ ਪਿਓਰ ਟੈਡੀ ਆ ਜੀ। ਇਹ ਲਓ ਜੀ ਮਾਸ਼ਾਅੱਲਾ, ਇਹ ਦੇਖੋ ਪਿਆਜ਼ੀ ਡੋਰੇ ਜਿਹੜੇ ਕਹਿੰਦੇ ਹੁੰਦੇ ਨਾ ਕਿ ਜ਼ਰੇ ਹੋਣ, ਹਲਕੇ ਹਲਕੇ ਪਿਆਜ਼ੀ ਡੋਰੇ, ਉਹ ਟੈਡੀ ਕਬੂਤਰ ਆ ਜਨਾਬ, ਬਹੁਤ ਸ਼ਾਨਦਾਰ। ਇਹ ਵੱਡਾ ਪਿਓ ਆ ਜੀ, ਕਿਉਂਕਿ ਦੋਸਤ ਕਹਿੰਦੇ ਸੀ ਕਿਹੜੇ ਟੈਡੀ ਲਿਆਉਣਾ ਉਹਨਾਂ ਦੇ ਮਾਂ ਪਿਓ ਦਾ, ਤਾਂ ਸ਼ੌਕ ਕਰਾ ਕਿਸੇ ਦਿਨ। ਇਹ ਦੇਖੋ ਸਾਹਮਣੇ ਖੜ੍ਹੇ ਮਾਂ ਪਿਓ ਨਜ਼ਰ ਆ ਰਹੇ ਆ ਨਾ, ਕਿਹੜੇ ਕਿਹੜੇ ਵਜੂਦ ਇਹਨਾਂ ਦੇ। ਇਹ ਦੇਖੋ ਪਿਆਜ਼ੀ ਡੋਰੇ, ਬੋਸਕੀ ਅੱਖਾਂ ਘੱਟ ਵਾ, ਦੇਖੋ ਜ਼ਰੇ ਮਾਸ਼ਾਅੱਲਾ ਇਹਨਾਂ ਦੇ। ਇਹ ਕਰੀਜ਼ ਦਾ ਮੌਸਮ ਆ ਤਾਂ ਕਬੂਤਰਾਂ ਦੀ ਖੂਬਸੂਰਤੀ ਥੋੜ੍ਹੀ ਜਿਹੀ ਨਾ ਜ਼ਰਾ ਘੱਟ ਜਾਂਦੀ ਆ ਇਹ ਮਾਦੀ, ਅਤੇ ਮੈਂ ਤੁਹਾਨੂੰ ਇੱਦਾਂ ਹੀ ਤੁਰਦੇ ਫਿਰਦੇ ਤਾਂ ਹੁੰਦਾ ਵਾ ਜੀ। ਅਤੇ ਇਹ ਦੇਖੋ ਇਹਨਾਂ ਦੇ ਵਜੂਦਾਂ ਦਾ ਤੁਹਾਨੂੰ ਪਤਾ ਲੱਗਿਆ, ਦੇਖੋ ਪੱਠੇ, ਦੇਖੋ ਮਾਸ਼ਾਅੱਲਾ ਵਜੂਦ ਇਹਨਾਂ ਦੇ ਬੱਚਿਆਂ ਦੇ। ਇਹ ਭਾਜੀ ਇਹਨਾਂ ਦੀ ਖਲੋਣੀ ਬਹਿਣੀ ਤੋਂ ਪਤਾ ਲੱਗ ਜਾਂਦਾ ਕਿ ਬੱਚੇ ਕਿਹੜੇ ਲੈਵਲ ਦੇ ਆ। ਇਹ ਬੱਚੇ ਮੈਂ ਅਕਸਰ ਦੋਸਤੋਂ ਲਿਆ ਕੇ ਨਾ ਦੋਸਤਾਂ ਨੂੰ ਵੀਰਾਂ ਨੂੰ ਦਿੰਦਾ ਹੁੰਦਾ ਵਾਂ, ਅਤੇ ਮਾਸ਼ਾਅੱਲਾ ਜੀ ਜਿਹੜੇ ਜਿਹੜੇ ਵੀਰ ਕੋ ਵੀ ਗਏ ਆ ਉਹਨਾਂ ਨੇ ਮੈਨੂੰ ਇਹਦਾ ਮਾਸ਼ਾਅੱਲਾ 90.5% ਰਿਜ਼ਲਟ ਦਿੱਤਾ, ਬਿਲਕੁਲ ਸਲਿਮ ਜਿਹੇ ਕੱਦਾਂ ਦੇ ਮਾਸ਼ਾਅੱਲਾ। ਇਹ ਦੇਖੋ ਵੱਡੇ ਮਾਂ ਪਿਓ ਜੋੜੇ ਲੱਗੇ, ਤੁਹਾਨੂੰ ਮੈਂ ਦਿਖਾ ਰਿਹਾ, ਇਹ ਦੇਖੋ ਜੋੜੇ, ਐਡਾ ਛੋਟਾ ਜਿਹਾ ਸੈਟਅਪ ਆ ਜੀ। ਹਰ ਦਫ਼ਾ ਇਸ ਘਰੋਂ ਮੈਨੂੰ 40 ਬੱਚੇ ਮਿਲਦੇ ਆ, ਅਤੇ ਮੈਂ ਅਲਹਮਦੁਲਿਲਾ ਜੀ ਉਹ ਦੋਸਤਾਂ ਨੂੰ ਦਿੰਦਾ ਵਾਂ ਮਾਸ਼ਾਅੱਲਾ। ਇਹ ਵੱਡੇ ਮਾਂ ਪਿਓ ਆ, ਇਹ ਦੇਖੋ ਵਜੂਦ ਇਹਨਾਂ ਦੇ, ਠੀਕ ਆ ਜੀ। ਬੋਸਕੀ ਅੱਖਾਂ ਮਾਸ਼ਾਅੱਲਾ ਕਈਆਂ ਦੀਆਂ ਚਿੱਟੀਆਂ, ਦੇਖੋ ਚੋੜੇ ਮਾਸ਼ਾਅੱਲਾ ਕਿਹੜੇ ਕਿਹੜੇ, ਠੀਕ ਹੈ ਨਾ। ਅਤੇ ਇਹ ਇਨਸ਼ਾਅੱਲਾ ਹੁਣ ਬੱਚੇ, ਇਹ ਦੇਖੋ ਆ ਵੀ ਪਿਓ, ਇਹ ਦੇਖੋ ਅੱਖ ਭਾਈ, ਉਹਨਾਂ ਦੀ ਜ਼ਰਾ ਤਬੀਅਤ ਸਹੀ ਨਹੀਂ ਗੀ ਅਤੇ ਮੈਂ ਵੀ ਉਹਨਾਂ ਨੂੰ ਡਿਸਟਰਬ ਕਰਾਂ, ਫਾਇਦਾ ਕੋਈ ਨਹੀਂ ਗਾ। ਇਹ ਦੇਖੋ ਜੋੜੇ ਲੱਗੇ ਪਿਓਰਿਟੀ ਦੇ ਵਿੱਚ, ਜਨਾਬ ਸਹੀ ਹੈ ਜੀ। ਕਰਾਸਾਂ 'ਚ ਤਕਰੀਬਨ ਕਰਾਸ ਵਿੱਚ ਕੋਈ ਇੱਕ ਅੱਧਾ ਕਸੂਰੀ ਦਾ ਨਾਲ ਪਾਇਆ ਹੋਏਗਾ, ਵਿੱਚ ਕਸੂਰੀ ਵੀ ਆਉਂਦੇ ਰਹੇ ਆ ਬੱਚੇ ਮਾਸ਼ਾਅੱਲਾ, ਲਾਲ ਅੱਖਾਂ ਦੇ ਗੋਲਡਨ ਵੀ ਆਉਂਦੇ ਰਹੇ ਆ, ਅਤੇ ਇੱਕ ਅੱਧਾ ਕੋਈ ਸਿਆਲਕੋਟੀ ਆ ਵਿੱਚ, ਲੇਕਿਨ ਮਾਸ਼ਾਅੱਲਾ ਬੱਚਿਆਂ ਦੀ ਪਰਵਾਹ ਅੱਛੀ ਰਹੀ ਮੈਨੂੰ ਇਹਦੇ ਕੱਦਾਂ ਤੋਂ ਪਤਾ ਲੱਗਦਾ। ਮੈਂ ਬੱਚਾ ਇੱਕ ਦੋ ਫੜ ਕੇ ਦਿਖਾਉਂਦਾ ਤੁਹਾਨੂੰ, ਇਨਸ਼ਾਅੱਲਾ ਲੱਗ ਜਾਏਗਾ ਪਤਾ ਜਨਾਬ ਆਪਣੀ। ਹੈਲੋ ਜੀ, ਆਹੀ ਦਿਖਾ ਲੈਂਦੇ ਆਪਾਂ, ਬਹੁਤੀ ਦੂਰ ਕੀ ਜਾਣਾ ਵਾ ਭਾਅ ਜੀ। ਇਹ ਦਿਖਾਓ ਬੱਚਾ ਜ਼ਰਾ, ਇਹਦਾ ਪਰ ਦਿਖਾਈਓ ਜ਼ਰਾ। ਹੈਲੋ ਜੀ, ਦੋ ਪਰ ਦਾ ਬੱਚਾ ਵਾ, ਬਲਕਿ 3-4 ਪਰ ਤੱਕ ਪਹੁੰਚ ਗਿਆ ਵਾ ਜੀ। ਅੱਖ ਦਿਖਾਈਓ ਇਹਦੀ, ਚਿੱਟੀ ਦੁੱਧ ਵਰਗੀ ਅੱਖ ਹੋਏਗੀ ਮਾਸ਼ਾਅੱਲਾ। ਹੈਲੋ, ਇਹ ਦੇਖੋ ਉਹੀ ਪਿਆਜ਼ੀ ਡੋਰਿਆਂ ਵਾਲੇ, ਇਹ ਹੈਲੋ ਹਲਕੇ ਹਲਕੇ ਜ਼ਰੇ ਡੋਰਿਆਂ ਦੇ ਵਿੱਚ ਮਾਸ਼ਾਅੱਲਾ, ਛੱਡ ਦਿਓ ਠੀਕ ਹੈ ਜੀ। ਹੋਰ ਮੈਂ ਤੁਹਾਨੂੰ ਦਿਖਾਉਂਦਾ ਇੱਕ ਅੱਧਾ ਬੱਚਾ, ਆ ਵਿੱਚ ਕਾਲੇ ਵੀ ਇੱਕ ਦੋ ਵਾਰੀ ਅਸੀਂ, ਇਹ ਦੇਖੋ ਇਹ ਦੇਖੋ, ਇਹ ਵੀ ਦੇਖੀ ਛਾਤੀਆਂ ਮਾਸ਼ਾਅੱਲਾ ਚੋੜੀਆਂ, ਪੱਲੇ ਬਾਹਰ ਨੂੰ ਨਿਕਲੇ, ਸ਼ੋਲਡਰ ਇਹਨਾਂ ਦੇ ਹੈਲੋ ਪਾਰ। ਕੋਰੇ ਬੱਚੇ ਆ ਜੀ, ਬਾਹਰ ਵੀ ਜਾਲ ਜੂਲ 'ਚ ਵੀ ਕੋਈ ਨਹੀਂ ਫਿਰਦੇ ਆ, ਦੇਖੋ ਇਹ ਛੋਟੇ ਜਿਹੇ ਹਵਾ ਹਵੂ ਲਾਉਣ ਲਈ ਇੱਥੇ ਛੱਡ ਦਿੰਦੇ ਹੁੰਦੇ ਆ, ਮਤਲਬ ਕਿ ਕੋਰੇ ਬੱਚੇ ਆ ਨਾ, ਇਹਨਾਂ ਦੇ ਇੱਥੇ ਕੋਈ ਛੱਤ ਵਾ ਉਡਾਉਣ ਵਾਲਾ ਸਿਲਸਿਲਾ ਤਾਂ ਨਾ ਹੋਰ ਨਾ ਉਡਾਉਂਦੇ ਆ ਭਾਅ ਜੀ। ਉਹ ਸਾਹਮਣੇ ਜਾਲ ਜਿਹਾ ਪਿਆ ਵਾ, ਲੇਕਿਨ ਆਪਣੇ ਇੱਥੇ ਸਿਲਸਿਲਾ ਇਹਨਾਂ ਨੇ ਰੱਖਿਆ, ਠੀਕ ਆ ਜੀ। ਅਤੇ ਇਨਸ਼ਾਅੱਲਾ ਬਾਕੀ ਵੀਡੀਓ ਫਿਰ ਇਨਸ਼ਾਅੱਲਾ ਆਪਣੇ ਘਰ ਆ ਕੇ ਬਣਾਵਾਂਗੇ, ਤੁਹਾਨੂੰ ਕਬੂਤਰ ਦਿਖਾਵਾਂਗੇ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਜਜ਼ਾਕਅੱਲਾ। ਬਾਕੀ ਕੋਈ ਸ਼ੌਕ ਕਰਾਉਣਾ ਚਾਹੁੰਦੇ ਹੋ ਕਿਸੇ ਅੱਛੇ ਜਿਹੇ ਕਬੂਤਰ ਦਾ, ਤਾਂ ਉਹ ਕਰਾਓ ਜ਼ਰਾ। ਇਹ ਜਿਹੜੇ ਬੱਚੇ ਲਿਆਉਂਦੇ ਸੀ ਤੁਸੀਂ, ਉਹ ਤਾਂ ਸ਼ੌਕ ਕਰਾਓ, ਜਿਹੜਾ ਬੱਚੇ ਲਿਆ ਕੇ ਵੱਡਾ ਕੀਤਾ ਤਾਂ ਉਹਦੀ ਨਸਲ ਬਣਾਈ ਤੁਸੀਂ, ਗਾ ਉਹੀ ਕਰਾਉਣ ਲੱਗੇ। ਇਹ ਭਾਅ ਜੀ ਭੱਟੀ ਸਾਹਿਬ ਦੇ ਘਰੋਂ ਨਾ ਆਪ ਕਬੂਤਰ ਲੈ ਕੇ ਆਏ ਸੀਗੇ ਬੱਚੇ, ਇੱਕ ਦੋ ਪਰ ਦੇ ਬੱਚੇ ਇਹਨਾਂ ਨੂੰ ਆਏ ਸੀਗੇ, ਅੱਜ ਤੋਂ 4-5 ਸਾਲ ਪਹਿਲੇ ਦੀ ਗੱਲ ਆ। ਫਿਰ ਉਸ ਕਬੂਤਰ ਦੇ ਵਿੱਚੋਂ ਮਾਸ਼ਾਅੱਲਾ ਇਹ ਭਾਈ ਉਹਨਾਂ ਨੇ ਹੈ ਨਾ
मेहनत करके बच्चों को वड्डे किया, फिर उन्होंने सारी नसल इको नसल की, कोई बाहरों कबूतर नहीं पाया तो ना ही कबूतर बाहरों लिया ना छोटे। ए देखो माजी ए प्योर उन्होंने घर के बच्चे है, देख लो ए देख लो माशाल्लाह, ए देखियो हूँ कर देते माँ प्यो का वड्डा, ठीक है जी। जरे देखो माशाल्लाह हल्के हल्के लाल जरे लाजमी अख च है, ए मादी है, ए नर देखो हूँ ए वड्डा जोड़ा माशाल्लाह मैं लादा। हेलो तो इन्होंने माशाल्लाह बच्चे उड़ाए, तो इन्होंने भाई उन्होंने पता ही नहीं गा कि इन्होंने बच्चे उड़े। मैं दसिया कि भाई जिन्होंने दोस्तों मैं दिते से तो मैं उन्होंने रिजल्ट दिते, बड़े अच्छे बच्चे इन्होंने उड़े। कोई कसूरी दिखाओ तो भाजी तेजे को लाल अखा का है इतना फिर तो वीर जी वीडियो में लाइक लाजमी करो इंशाल्लाह अच्छी चीज़ा। तो देखो ना ऐसा सलेटे बड़े हुए ऐद की खैर है इन्होंने की काम आ सलेटे कासनी जोड़े बनाए ऐद की इन्हें। ए देखो कसूरी कबूतर माशाल्लाह अच्छे, ये भी कबूतर बहुत अच्छा देना ये भी। अच्छा माशाल्लाह ये भी सानू दे देना भाजी उन्होंने भाई कसूरी कबूतर। मादी भी इदा दिखाओ ना सा बेली भी लभन दिया इन्नी देर की मादी कसूरी अख की है कसूरी अख की साढ़े बेली ने भी मादी चाहिए है। मैं पैंती भी फिरता वा पैंती मादी तुम मैं क्या मादिया हजे पैंती कोई गेम ही नहीं सानू लभी बाहरों। जनाब ए सुन लो पठी सी ए फड़ायो भाजी भाई दिखाओ सर वाह सताज जी कद देख लिया कहते छोटे कदा के कबूतर नहीं उड़ते छे मोहर लगियां हूं देखो जी शौक तुम करोना के देखो माशाला मादिया टैडी है कसूरी नाल क्या बात है जी। ए भी कसूरी बहुत अच्छा कबूतर नहीं कबूतर एवं नहीं उड़ते किसी गल ना ही उड़ते होंगे बच्चे बहुत उड़ते बच्चे। ये देखो जेडे दोस्तों दिते उन्होंने चेक कराए उन्होंने लाल लाल भाफ भी मारन दे पर भी वाह देखो देख लो टैडी काले पलिया लगे कबूतरी ना बहर कढ़ दिया छे मोहर निकल जाए देख लो टैडी बच्चे ए देखो सियालकोटी कबूतर पर इन्होंने वैसे शौक लिया इन्होंने शौक है मैंने भी कहते मलक मुकम साहब की करके अच्छा आई है जी मलक मुकम खोखर साहब के घर का इन्होंने को कासनी कबूतर जनाब माशा अच्छा कबूतर बच्चे एक जोड़ा को दो जोड़े एक मलिक साहब का करके है कि पीछे मरदान से लेके इन दोनों को मैंने आपस में क्रॉस किया। अच्छा अच्छा मरदान तो कबूतर ले आंदे मरदान वाली मादी वो है इसके साथ लगी हुई इसकी मादी मैंने मरदान वाली नर के साथ नीचे। अच्छा 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 नीचे लगाई है कमरे में ठीक 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 तो ये एक मादी है फिरोजपुरी। अच्छा जी फिरोजपुरी मादी का भी शौक करो जनाब असल प्योर ब्रीडा नु जदों प्योरां दे विच पौणा बच्चे आप ही उड़ने आ असीं लोग छेवें छेवें क्रॉस दे विच कबूतर जो सफदर इकबाल टंडा वाले दे घर से मैं उहदा शागिर्द सीगा। अच्छा अंडे लेके आया था। अच्छा जी अंडे वाली मादी है जी अंडे लेके आए भाजी ने सफदर इकबाल टंडा वाले दे घरों देखो किड्डी साफ सीमेंट वर्गी अख है जी अख ही नहीं खोलदे उस्ताद यूसुफ के घर से उस्ताद यूसुफ के घर के लो जी भाजी तो इहदा नर मर गया इसके बच्चे तो मैं आपको देता भी रहूंगा फिर पूरी रामपुरी कबूतर था इसके साथ। अच्छा 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 माशाल्लाह लो जी भाई जान ए छोटा सेटअप आ हूँ आप भी चलीए निकलीए काम करिए इंशाल्लाह तो भाई उन्होंने भी रेस्ट मारन दईए क्योंकि आ देखो ड्रिप लगी तो नजर आ रही हूँ तबीयत जरा भाई उन्होंने जरा धुप गर्मी भी चढ़ गई है ए कबूतर सारे बच्चे तुम्हें माँ प्यो भी अज दिखाते प्योर टैडी कबूतर है देखो खलोते तुम यार नजर आएंगे असले च ना नवाई धवाई कोई नहीं सैटअप उदा का नहीं गा जिदा का होना चाहिए फैंसी जहाँ तो इसलिए ना लोगों के कबूतर बड़े अच्छे होंगे बहुत सीधे भाई है माशाल्लाह देखो कबूतर जोड़े माँ प्यो चेक कर लो प्योर टैडी है कोई कबूतर क्रॉस च नहीं है तुम इंशाल्लाह हर शह ए कासनी जोड़े इन्हों का कबूतर है माशाल्लाह बड़े अच्छे कबूतर है बच्चे ठीक है जी ए देखो आ माँ प्यो कासनी का मैं तुम दिखा ए मरदान तो इन्होंने मादी लिया है तो यह कबूतर मुकम खोखर के घरों आया जनाब उन्हों का भी बड़ा नाम सुने जाक कला शाह अल्लाह थोड़ा भला करे इंडियन सहारन की कहते शाहजहांपुरी जनाब जोड़ा ठीक है जी तो बहुत शुक्रिया पिजन कॉर्नर चैनल सब्सक्राइब करता अल्लाह फिर जाक कला दुआवें याद रखियो बाकी मुलाकात बात हो।